ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ ਬੱਚਿਓ, ਸਾਡਾ ਸਵਾਲ ਹੈ ਸੋਲਵ x² - y² dx - xy dy = 0। ਹੁਣ ਇੱਥੇ ਸਾਡੇ ਕੋਲ x² - ਦਾ y² dx - xy dy ਬਰਾਬਰ ਵਿੱਚ 0 ਹੈ। ਇੱਥੇ ਸਾਡੇ ਕੋਲ dy dx ਦੀ ਵੈਲਿਊ ਆ ਜਾਏਗੀ x² - y² ਓਵਰ xy, ਤੇ ਇੱਥੇ ਅਸੀਂ ਲੈਟ ਕਰ ਲੈਨੇ ਆ y ਨੂੰ vx ਦੇ ਬਰਾਬਰ, ਤਾਂ ਸਾਡੇ ਕੋਲ dy dx ਕੀ ਆ ਜਾਏਗਾ। ਇੱਥੇ ਪ੍ਰੋਡਕਟ ਰੂਲ ਲਾ ਲੈਨੇ ਆ, v plus x dv by dx। ਹੁਣ ਇੱਥੇ ਕੀ ਬਣ ਗਿਆ ਹੈ, ਇੱਥੇ dy by dx ਦੀ ਵੈਲਿਊ ਪੁੱਟ ਕਰਾਂਗੇ, v plus x dv by dx is equal to x square minus v square x square, ਤੇ ਥੱਲੇ vx ਵੈਲਿਊ ਪੁੱਟ ਕਰਾਂਗੇ ਤਾਂ ਆ ਜਾਏਗਾ x square v। ਹੁਣ x square common ਲੈ ਕੇ ਥੱਲੋਂ ਕੱਟ ਜਾਏਗਾ ਤੇ ਇਹ ਆ ਗਿਆ ਸਾਡੇ ਕੋਲ, ਤੇ ਹੁਣ x dv by dx is equal to 1 minus v square minus the v square over which hai sade kol v, te hun eh ki ban jayega, eh aa jayega sade kol v over 1 minus 2 v square dv, te itthe sade kol aa gaya dx over x, te ennu integrate kar lenne dono taraf, ta sade kol ki hoega, hun us to pehla let karange v square nu 2t ਦੇ ਬਰਾਬਰ, ਤੇ ਇੱਥੋਂ ਸਾਡੇ ਕੋਲ 2v dv ਦੀ ਵੈਲਿਊ ਕੀ ਆ ਜਾਏਗੀ। ਉਹਨੂੰ ਅਸੀਂ t ਦੇ ਬਰਾਬਰ ਲੈਟ ਕੀਤਾ ਹੈ ਤੇ ਸਾਡੇ ਕੋਲ ਇਹਨੂੰ ਡੈਰੀਵੇਟਿਵ ਕਰਕੇ ਆ ਗਿਆ, ਤੇ ਇੱਥੇ ਸਾਡਾ dt ਹੋ ਗਿਆ। ਹੁਣ ਇਹ ਹੋ ਜਾਏਗਾ ਸਾਡੇ ਕੋਲ dt ਓਵਰ 2 ਇਨਟੂ 1 ਮਾਈਨਸ 2t, ਤੇ ਬਰਾਬਰ ਵਿੱਚ ਆ ਗਿਆ ਸਾਡੇ ਕੋਲ dx ਓਵਰ x। ਹੁਣ ਇਹ ਸਾਡਾ ਹੋ ਜਾਏਗਾ ਮਾਈਨਸ ਦਾ 1 ਓਵਰ 4 ਲੋਗ 1 ਮਾਈਨਸ 2t ਇਜ਼ ਇਕੁਅਲ ਟੂ ਇੱਥੇ ਲੋਗ x ਪਲੱਸ c। ਹੁਣ ਇਹ ਕੀ ਹੋ ਗਿਆ ਸਾਡਾ 4 log x plus log 1 minus 2t plus c ਬਰਾਬਰ ਵਿੱਚ 0। ਇੱਥੇ ਆ ਗਿਆ ਸਾਡੇ ਕੋਲ log x ਦੀ ਪਾਵਰ 4 plus log 1 minus 2v square plus c is equal to 0, ਤੇ ਇਹ ਸਾਡਾ ਬਣ ਗਿਆ ਹੁਣ log x ਦੀ ਪਾਵਰ 4 plus log 1 minus 2y ਦੀ ਵੈਲਿਊ ਪੁੱਟ ਕਰ ਦਿੰਨੇ ਆ y ਓਵਰ x, ਤੇ ਪਲੱਸ ਵਿੱਚ ਸਾਡਾ c is equal to 0, ਤੇ ਲੋਗ x ਦੀ ਪਾਵਰ 4 ਪਲੱਸ ਲੋਗ x ਸਕੁਅਰ ਮਾਈਨਸ ਦਾ 2y ਸਕੁਅਰ ਮਾਈਨਸ ਦਾ ਲੋਗ x ਸਕੁਅਰ, ਲੋਗ m ਓਵਰ n, ਲੋਗ m ਮਾਈਨਸ ਦਾ ਲੋਗ n ਹੋ ਜਾਂਦਾ ਹੈ, ਪਲੱਸ c ਇਜ਼ ਇਕੁਅਲ ਟੂ 0। ਲੋਗ x ਹੁਣ ਲੋਗ m ਮਾਈਨਸ ਲੋਗ n ਹੈ, ਲੋਗ m ਓਵਰ n ਲਿਖ ਲੈਂਦੇ ਆ, ਤੇ ਇੱਥੋਂ ਲੋਗ x ਸਕੁਅਰ ਹੋ ਗਿਆ ਨਾ ਦੋਨਾਂ ਦਾ, ਪਲੱਸ ਲੋਗ x ਸਕੁਅਰ ਮਾਈਨਸ 2y ਸਕੁਅਰ ਪਲੱਸ c is equal to 0। ਹੁਣ ਪਾਵਰ ਵਿੱਚ ਹੈ 2, ਸਾਡਾ ਅੱਗੇ ਵੀ ਆ ਸਕਦਾ ਹੈ 2 log x plus log x square minus 2y square plus c is equal to 0। ਇਹ ਸਾਡਾ ਰਿਕੁਆਇਰਡ ਸੋਲੂਸ਼ਨ ਆ ਗਿਆ। ਥੈਂਕ ਯੂ।